ਸਿਵਲ ਹਸਪਤਾਲ 'ਚ ਲਗਾਈਆਂ ਗਈਆਂ ਬਾਇਓਮੈਟ੍ਰਿਕ ਮਸ਼ੀਨਾਂ। ਸਰਕਾਰੀ ਦਫ਼ਤਰਾਂ 'ਚ ਬਾਬੂ ਲੋਕਾਂ ਦੇ ਦੇਰੀ ਨਾਲ ਆਉਣ ਦੀ ਸ਼ਿਕਾਇਤ ਹਮੇਸ਼ਾ ਰਹਿੰਦੀ ਹੈ ਅਤੇ ਅਜਿਹੀਆਂ ਖ਼ਬਰਾਂ ਸੁਰਖੀਆਂ 'ਚ ਰਹਿੰਦੀਆਂ ਹਨ। ਪਰੰਤੂ ਜਲੰਧਰ ਦੇ ਸਿਵਲ ਹਸਪਤਾਲ 'ਚ ਇਹ ਸਮੱਸਿਆ ਦੂਰ ਹੋਣ ਵਾਲੀ ਹੈ, ਕਿਉਂਕਿ ਸਿਵਲ ਹਸਪਤਾਲ ਵਿੱਚ 4 ਬਾਇਓਮੈਟ੍ਰਿਕ ਮਸ਼ੀਨਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਰਾਹੀਂ ਹਸਪਤਾਲ ਦੇ ਸਾਰੇ ਸਟਾਫ਼ ਦੀ ਹਾਜ਼ਰੀ ਥੰਬ ਪ੍ਰਿੰਟ ਰਾਹੀਂ ਕੀਤੀ ਜਾਵੇਗੀ ਅਤੇ ਇਹਨਾਂ ਬਾਇਓਮੈਟ੍ਰਿਕ ਮਸ਼ੀਨਾਂ ਦੀ ਨਿਗਰਾਨੀ CCTV ਕੈਮਰਾ ਰਾਹੀਂ ਕੀਤੀ ਜਾਵੇਗੀ। ਇਸ ਸਬੰਧੀ ਸਿਵਲ ਹਸਪਤਾਲ ਦੀ ਮੈਡੀਕਲ ਸੁਪਰੀਡੈਂਟ ਡਾਕਟਰ ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਇਹ ਮਸ਼ੀਨਾਂ 1-2 ਦਿਨਾਂ ਵਿੱਚ ਚਾਲੂ ਕਰ ਦਿੱਤੀਆਂ ਜਾਣਗੀਆਂ। ਬਾਇਓਮੈਟ੍ਰਿਕ ਸੀ ਸਾਡੇ ਕੋਲ ਟੋਟਲ 4 ਮਸ਼ੀਨਸ ਲੱਗੇ, 2 ਅਸੀਂ ਲਗਾਈਆਂ ਹੈ ਟਰੋਮਾ ਸੈਂਟਰ 'ਚ, ਬਿਕੋਜ਼ ਰਾਊਂਡ ਦ ਕਲੋਕ ਜਿਹੜੇ ਹੈਗੇ ਸਾਡਾ ਸਟਾਫ ਮੈਂਬਰਸ ਆਉਂਦੇ ਨੇ, ਅਤੇ 1 ਸਾਡੀ ਮੇਨ ਆਫਿਸ ਵਿੱਚ ਲੱਗੀ ਹੈ ਜਿੱਥੇ ਸਾਡਾ ਜਨਰਲ ਸਟਾਫ ਜਿਹੜਾ 9 to 3 o'clock ਆਉਂਦਾ ਉਹ ਲਗਾਏਗਾ। ਹੁਣ ਇਹਨਾਂ ਦੇ ਥੰਬ ਪ੍ਰਿੰਟਸ ਅਤੇ ਕੋਡ ਨੰਬਰ ਉੱਪਰੋਂ DHS ਆਫਿਸ 'ਚੋਂ ਲੈ ਕੇ ਅਤੇ ਅਸੀਂ ਇਹਨਾਂ ਨੂੰ ਸਟਾਰਟ ਕਰ ਦਿੰਦੇ ਹਾਂ। ਐਂਡ ਇਹਨਾਂ ਦੇ ਉੱਪਰ ਅਸੀਂ ਕੈਮਰਾਸ ਵੀ ਲਗਾ ਦਿੱਤੇ ਹਨ ਤਾਂ ਕਿ ਕੋਈ ਮੈਨੀਪੁਲੇਸ਼ਨ ਨਾ ਹੋ ਪਾਏ। ਨਥਿੰਗ ਲਾਈਕ ਦੈਟ, ਇਟ ਵਿਲ ਬੀ ਸੇਮ ਫੋਰ ਆਲ, ਐਨੀਬਡੀ ਕੈਨ ਮਾਰਕ ਅਟੈਂਡੈਂਸ ਐਨੀਵੇਅਰ। ਇਹ ਮਸ਼ੀਨ ਸੇਫ ਰਹੇਗੀ ਬਿਕੋਜ਼ ਉੱਪਰ ਕੈਮਰਾਸ ਵਗੈਰਾ ਲੱਗੇ ਹੋਏ ਹਨ ਐਂਡ ਇਟ ਇਜ਼ ਇੰਸਟਾਲਡ ਇਨਸਾਈਡ ਆਫਿਸ ਐਂਡ ਇਨਸਾਈਡ ਟਰੋਮਾ ਵਾਰਡ, ਸੋ ਐਸੀ ਕੋਈ ਪ੍ਰੋਬਲਮ ਨਹੀਂ ਹੈ। ਸਟਾਰਟਿੰਗ ਮੇ ਬੀ ਵਿਦਇਨ 1-2 ਡੇਜ਼।